ਕਾਮਾ ਦੀ ਪਾਰਟੀ ਜੋ ਦੀ ਬਣੀ ਹੈ ਇਹ ਪਾਰਟੀ ਦੇ ਵਿੱਚ ਵਲੰਟੀਅਰ ਦੀ ਵੈਲਿਊ ਨਹੀਂ ਬਿਲਕੁਲ ਦੱਖਦੇ ਪਏ ਹੈਗੇ ਜਦੋਂ ਵਲੰਟੀਅਰ ਨੂੰ ਕੋਈ ਆਪਣਾ ਸਵਾਲ ਰੱਖਦਾ ਹੈ ਉਹਦਾ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਕਿਉਂਕਿ ਜੋ ਇਸ ਟਾਈਮ ਦਿੱਲੀ ਵਿੱਚ ਦਿੱਲੀ ਦੀ ਟੀਮ ਪੰਜਾਬ ਵਿੱਚ ਭੇਜੀ ਗਈ ਹੈ ਖਾਸ ਕਰਕੇ ਲੁਧਿਆਣੇ ਵਿੱਚ ਹੈਗੇ ਨੇ ਜੋ ਵੀ ਇਹ ਜਦੋਂ ਅਸੀਂ ਕੋਈ ਆਪਣਾ ਸਵਾਲ ਕਰਦੇ ਹਾਂ ਸਾਨੂੰ ਉਹ ਬਿਲਕੁਲ ਇੱਕ ਤਾਂ ਟਾਈਮ ਨਹੀਂ ਦਿੰਦੇ ਜੋ ਟਾਈਮ ਦਿੰਦੇ ਨੇ ਉਹ ਮੁੜ ਕੇ ਸਾਨੂੰ ਇਹ ਗੱਲ ਕਹਿੰਦੇ ਤੁਹਾਡੇ ਸਵਾਲ ਬੇਤੁੱਕੇ ਨੇ ਕਿਉਂਕਿ ਉਹਨਾਂ ਨੂੰ ਜੋ ਕਿ ਪੰਜਾਬ ਦੇ ਵਿੱਚ ਲੁਧਿਆਣੇ ਵਿੱਚ ਜ਼ਿਆਦਾ ਪੈਸੇ ਹਨ ਜਿਨ੍ਹਾਂ ਕੋਲ ਗੱਡੀਆਂ ਹੈਗੀਆਂ ਜਾਂ ਜਿਨ੍ਹਾਂ ਕੋਲ ਪੈਸੇ ਆ ਗਏ ਆ ਜ਼ਿਆਦਾ ਉਹਨਾਂ ਦੀ ਅਹਿਮੀਅਤ ਕਰਦੇ ਨੇ ਕਿ ਉਹਨਾਂ ਨੂੰ ਇਹ ਇਹਨਾਂ ਨੇ ਲਾਲਚ ਦਿੱਤਾ ਕਿ ਤੁਹਾਨੂੰ ਟਿਕਟ ਅਸੀਂ ਦੇਵਾਂਗੇ ਜਿਨ੍ਹਾਂ ਕਿ ਜੋ ਕਿ ਟਿਕਟਾਂ ਦੀ ਇਹ ਬਹੁਤ ਜ਼ਿਆਦਾ ਕੀਮਤ ਮੰਗ ਮੰਗ ਕੇ ਉਹਨਾਂ ਕੋਲੋਂ ਵਸੂਲ ਰਹੇ ਨੇ ਅਤੇ ਪੰਜਾਬ ਨੂੰ ਇਸ ਟਾਈਮ ਜੋ ਲੁਧਿਆਣੇ ਨੂੰ ਹੈ ਸਭ ਤੋਂ ਜ਼ਿਆਦਾ ਦੋਗ ਰਹੇ ਨੇ ਇਹ ਬਿਲਕੁਲ ਜੀ ਇਹ ਜੋ ਸਾਨੂੰ ਆਮ ਆਦਮੀ ਪਾਰਟੀ ਸਾਡੇ ਕੋਲ ਕਈ ਏਜੰਟ ਆਏ ਨੇ ਇਹਨਾਂ ਦੇ ਆਮ ਆਦਮੀ ਦਿੱਲੀ ਦੀ ਟੀਮ ਦੇ ਭੇਜੇ ਹੋਏ ਕਿ ਸਾਨੂੰ ਕਹਿ ਰਹੇ ਨੇ ਕਿ 1 ਕਰੋੜ ਤੋਂ ਪਲੱਸ ਜੇ ਹੈਗਾ ਤੁਹਾਡੇ ਕੋਲ ਅਤੇ ਸਾਨੂੰ ਦਿਓ ਅਸੀਂ ਤੁਹਾਨੂੰ ਟਿਕਟਾਂ ਦਵਾਉਂਦੇ ਹਾਂ ਬਿਲਕੁਲ ਜੀ ਇਹ ਜੋ ਇਸ ਟਾਈਮ ਮਾਹੌਲ ਬਣਾਇਆ ਲੁਧਿਆਣੇ ਦਾ ਇਹ ਪੈਸੇ ਦਮ ਤੇ ਬਣਾ ਰਹੇ ਵਰਕਰ ਦੀ ਹੈ ਨਹੀਂ ਵਰਕਰਾਂ ਨੂੰ ਇਹਨਾਂ ਨੇ ਸਿਰਫ ਪੋਸਟਰਾਂ ਵਾਸਤੇ ਉਹ ਰੈਲੀਆਂ ਵਾਸਤੇ ਬਣਾਇਆ ਹੋਇਆ ਇਸ ਤੋਂ ਅਹੁਦੇ ਕਿਸੇ ਨੂੰ ਪੁੱਛ ਕੇ ਨਹੀਂ ਦਿੱਤਾ ਜਾ ਰਿਹਾ ਬਿਨਾਂ ਪੁੱਛੇ ਕਿਸੇ ਨੂੰ ਕੋਈ ਕੁਛ ਨਹੀਂ ਪਤਾ ਆਉਂਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਿਲਕੁਲ ਜੀ ਅਕਾਲੀ ਕਾਂਗਰਸ ਵਰਗੀ ਬਣੀ ਬਿਲਕੁਲ ਜੀ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਹੋਈ ਜੀ ਕਿਸੇ ਨੂੰ ਕੋਈ ਕੁਛ ਨਹੀਂ ਪੁੱਛਿਆ ਜਾਂਦਾ ਆਪ ਹੀ ਮੀਟਿੰਗਾਂ ਕਰ ਲੈਂਦੇ ਆਪ ਹੀ ਅਹੁਦੇ ਦੇ ਦਿੰਦੇ ਨੇ ਕਿਸੇ ਨੂੰ ਕੁਛ ਨਹੀਂ ਪੁੱਛਿਆ ਜਾਂਦਾ ਨਾ ਹੀ ਇਸ ਇਸ ਟਾਈਮ ਜੋ ਜੋਨ ਕੋਆਰਡੀਨੇਟਰ ਲਖਣਵਾਲ ਜੀ ਹੈਗੇ ਨਾ ਕਿ ਉਹਨਾਂ ਨੂੰ ਵੀ ਕੋਈ ਗੱਲ ਦਾ ਨਹੀਂ ਪਤਾ ਹੁੰਦਾ ਇਸ ਟਾਈਮ ਬਿਲਕੁਲ ਪੈਸੇ ਖਿੱਚ ਕੇ ਨਹੀਂ ਜੀ ਕੁਛ ਨਹੀਂ ਉਹਨਾਂ ਨੂੰ ਪਤਾ ਵੀ ਹੁੰਦਾ ਜੀ ਅਸੀਂ ਦੋ ਚਾਰ ਬੰਦਾ ਉਹਨਾਂ ਨੂੰ ਵੀ ਨਹੀਂ ਪੁੱਛਿਆ ਜਾਂਦਾ ਜੀ ਇਸ ਟਾਈਮ ਨਹੀਂ ਜੀ ਦਿੱਲੀ ਦੇ ਨਹੀਂ ਲੜਨਗੇ ਜੀ ਉਹ ਤਾਂ ਓਨਲੀ ਸੇਵਾ ਕਰਨ ਵਾਸਤੇ ਆਏ ਨੇ ਲੇਕਿਨ ਉਹ ਸੇਵਾ ਨਿਭਾ ਨਹੀਂ ਰਹੇ